चीज दे पिछे दुबई गवर्नमेंट दा शुक्रिया अदा करना चाहिए सारे नु आ पे तौलिया साफ कर मो जी कोई लाइसेंस नहीं मंथली 1500 देके भाई इथे लग ते फिर ए सुन ए बिरे दा ढाबा यार की नाम मेरे अपना रोहित ना खा के देख मैं दा टेस्ट कर ली थोड़ी दस रेडी रेडी आप अज नवी जगह लेके जाना आप ਸਮਝ ਗਏ ਉਹ ਆਪਾਂ ਰਿਵੀਲ ਨਹੀਂ ਕਰਨਾ ਤੁਹਾਨੂੰ ਵਾਂਗੂ ਆਪਾਂ ਪਹਿਲਾਂ ਲੁੱਕ ਨਹੀਂ ਲੁੱਕ ਨਹੀਂ ਰਿਵੀਲ ਕਰਨੀ ਚੰਗਾ ਆਹ ਕਿਹਨੂੰ ਕਿਹਨੂੰ ਪਸੰਦ ਆ ਤੁਹਾਨੂੰ ਦੱਸ ਦਿਓ ਅਗਲੇ ਕੀ ਪਰ ਵਿੱਚ ਕਿਹੜਾ ਸਿੰਪਲ ਓਏ ਹੋਏ ਹੋਏ ਕੀ ਬਾਤਾਂ ਨੇ ਇਹ ਇਹਨੂੰ ਕਰੋ ਬੰਦ ਇਹਨੂੰ ਰੱਖ ਕੇ ਥੋੜਾ ਜਿਹਾ ਠੀਕ ਹੈ ਆਹ ਸਮੈਲ ਥੋੜੇ ਚੋਂ ਵਧੀਆ ਆਉਣੀ ਜ਼ਰੂਰੀ ਆ ਹਨਾ ਤੇ ਆਪਣੇ ਕੋਲ ਇੱਕ ਹੋਰ ਵੀ ਇੱਕ ਮਿੰਟ ਦਿਖਾਉਣਾ ਓ ਹੋ ਹੋ ਲੈ ਲੈ ਆਹ ਤਾਂ ਆਪਾਂ ਦਿਖਾਉਣਾ ਨਹੀਂ ਹੈਗਾ ਕਿਸੇ ਨੂੰ ਇਹ ਕਹਾ ਇਹਦੀ ਵੀ ਸਮੈਲ ਬਹੁਤ ਵਧੀਆ ਵਾ ਇਹ ਵੀ ਅਗਰ ਤੁਸੀਂ ਦੇਖੋ ਠੀਕ ਹੈ ਟਰਾਈ ਕਰਨਾ ਹੋਇਆ ਕਮੈਂਟ ਕਰਕੇ ਦੱਸ ਦਿਓ ਆਪਾਂ ਦੱਸ ਦਾਂਗੇ ਨਾਮ ਕੀ ਇਹਨਾਂ ਦੇ ਕਿੱਥੋਂ ਮਿਲਦੇ ਆ ਚੰਗਾ ਤੇ ਅੱਜ ਆਪਾਂ ਚੱਲਦੇ ਹਾਂ ਇੱਕ ਨਵੀਂ ਲੋਕੇਸ਼ਨ ਤੇ ਮਾਰਕੀਟ ਹੈ ਹਨਾ Yes. ਤੇ ਉਹ ਮਾਰਕੀਟ ਤੁਹਾਨੂੰ ਲੈ ਕੇ ਚੱਲਦੇ ਆ ਅਸੀਂ ਦੋਨੇ ਚੱਲੇ ਆ ਦੋਨੇ ਭਰਾ ਬਾਹਰ ਚਲੋ ਮਿਲਦੇ ਆ ਇਫਤਾਰੀ ਕਰ ਲਈ ਆਪਾਂ ਨਹੀਂ ਸਾਰਿਆਂ ਨੂੰ ਆਪਾਂ ਬੰਨੇ ਨਹੀਂ ਪਹਿਲਾਂ ਵੀ ਰੱਖਤਾ ਤੂੰ ਹਾਂ ਕੀ ਇਹਦੇ ਵਿੱਚ ਲੱਖਾਂ ਰੁਪਈਆ ਚਾਬੀ ਫੜ ਚਾਬੀ ਚਲਾਏਗਾ ਗੱਡੀ ਚਲਾਏਗਾ ਤੂੰ ਠੀਕ ਹੈ ਚਲੋ ਉਹਨਾਂ ਨੇ ਤੇ ਤੋਂ ਕਿਹੜਾ ਚੱਲਦੀ ਤੇ ਉਹ ਆਏ ਜਿਹਦੀ ਹੱਥ ਭੋਮਿਆ ਦਾ ਸਲੀਲ ਹਾਂ ਬਲੌਗ ਬਣਾਉਂਦੇ ਰਹੇ ਫਰੰਟ ਕੈਮਰੇ ਨਾਲ ਤੇ ਹੁਣ ਬਲੌਗ ਸਟਾਰਟ ਕੀਤਾ ਸੀ ਬੈਕ ਕੈਮਰੇ ਨਾਲ ਹੁਣ ਪਤਾ ਨਹੀਂ ਸ਼ਕਲ ਐ ਲੈਂਦਾ ਹੂ ਵਿੱਚ ਪਤਾ ਨਹੀਂ ਆਉਂਦੀ ਆ ਆ ਦੇਖ ਲਾ ਬਾਕੀ ਚੈੱਕ ਕਰ ਲਾਂਗੇ ਆਪਾਂ ਕਲਿੱਪ ਤੋਂ ਬਾਅਦ ਚੰਗਾ ਚਲੋ ਚੱਲੀਏ ਫਿਰ ਗੱਡੀ 'ਚ ਗੱਡੀ ਧੋਤੀ ਮੁੰਡੇ ਨੇ ਅੱਜ ਹੈ ਕੱਲ੍ਹ ਗੰਦੀ ਸੀਗੀ ਚਲੋ 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 ਮਿੱਤਰੋ ਵਾਈਪਰ ਥੱਲੇ ਕਰ ਲਈ ਭਰਾਲਾ ਟੈਂਕ ਹੈ ਅੱਜ ਲੰਬੇ ਰੂਟਾਂ ਤੇ ਗੱਡੀ ਖਿੱਚਣੀ ਹੈ ਸਮਝਿਆ ਠੀਕ ਹੈ ਐਂ ਫੜਨਾ ਪੈਂਦਾ ਹੁਣ ਨਾਲੋਂ ਨਾਲ ਆਪਣਾ ਆਪਾਂ ਰੋਜ਼ਾ ਤਾਂ ਕਰ ਲਿਆ ਸੀ ਇਫਤਾਰੀ ਕਰ ਲਈ ਸੀਗੀ ਸਿਰਫ ਪਾਣੀ ਪੀ ਕੇ ਥੋੜ੍ਹੇ ਜਿਹੇ ਫਰੂਟ ਖਾ ਕੇ ਬਸ ਆ ਗਏ ਹਾਂ ਬਾਹਰ ਪਕੌੜਾ ਵਾਟਾ ਫਰੂਟਾਂ ਦਾ ਖਾ ਕੇ ਆਇਆ ਥੋੜ੍ਹੀ ਦੱਸ ਉਹ ਹੁਣ ਅੱਧਾ ਕਿਲੋ ਫਰੂਟ ਹੋਣਾ ਕਮ ਸੇ ਕਮ ਹੈ ਤੇ ਹੁਣ ਆਇਆ ਪਕੌੜੇ ਖਾਇਆ ਉਹ ਜਾ ਭਾ ਜਾ ਤੂੰ ਪਾਈਆ ਪਕੌੜੇ ਉਹ ਜਿਹੜਾ ਰੂਹ ਅਫਜਾ ਬਣਾਉਂਦੇ ਨੇ ਕੀ ਬਣਾਉਂਦੇ ਇੱਕ ਗਲਾਸ ਉਹਦਾ ਪੀਆ ਆ ਉਹ ਜਾ ਹਲਕਾ ਜਿਹਾ ਕਹਿੰਦਾ ਝੂਠ ਬੋਲਦਾ ਹੈ ਤੇ ਦੋ ਅੰਡੇ ਵੀ ਖਾਦੇ ਉਹ ਨਹੀਂ ਐਵੇਂ ਮਾਰਦਾ ਇਹ ਕੁਛ ਨਹੀਂ ਖਾਦਾ ਤੇ ਸਰ ਪਾਣੀ ਪੀਤਾ ਨਿੰਬੂ ਪਾਣੀ ਉਹ ਨਿੰਬੂ ਪਾਣੀ ਪੀਤਾ ਵਾ ਸਿਰਫ ਉਹ ਵੀ ਇਹਨੇ ਬਣਾਇਆ ਸੀ ਕਹਿੰਦਾ ਬਹੁਤ ਵਧੀਆ ਬਣਾਉਂਦਾ ਬਹੁਤ ਭੈੜਾ ਬਣਾਇਆ ਖੱਟਾ ਨਹੀਂ ਸੀਗਾ ਉਹ ਨਿੰਬੂ ਜ਼ਿਆਦਾ ਪੈਂਦਾ ਹੁੰਦਾ ਨਿੰਬੂ ਪਾ ਕੇ ਪਿਆਤਾ ਯਾਰ ਇਹਨਾਂ ਨੇ ਬਹੁਤ ਉਹ ਜਿਵੇਂ ਹੈਂਗਓਵਰ ਹੋਏ ਬੰਦੇ ਨੂੰ ਨਿੰਬੂ ਨਹੀਂ ਚਟਾਉਂਦੇ ਹੁੰਦੇ ਜਾਂ ਪਾਣੀ ਹੁਣ ਬੰਦੇ ਨੂੰ ਜਿਹੜੀਆਂ ਹਰਕਤਾਂ ਹੁੰਦੀਆਂ ਨੇ ਉਹੀ ਬੰਦਾ ਕਰਦਾ ਫੀਲ ਹੁੰਦਾ ਲੈ ਵੀ ਦੇ ਪੈਸੇ ਤੇ ਤੂੰ ਹੀ ਦੇ ਭਾਜੀ ਵਾਪਸ ਦੇ ਪੈਸੇ ਉਹਨੂੰ ਆਪਣੀ ਤਾਂ ਪੇਟ ਪੂਜਾ ਹੋ ਗਈ ਗੱਡੀ ਦੀ ਕਰਾ ਲਈ ਆ ਹੁਣ ਆਪਾਂ ਰੂਟਾਂ ਤੇ ਆ ਠੀਕ ਹੈ ਨਾ ਨਹੀਂ ਬਿੱਲ ਨਹੀਂ ਚਾਹੀਦਾ ਚਲੋ ਠੀਕ ਹੈ ਯਾਰ ਓਕੇ ਨੋਟ ਫਟਾ ਦੇਤਾ ਨੋਟ ਕੋਈ ਗੱਲ ਨਹੀਂ ਨੋਟ ਫਟਾ ਹੈ ਚੱਲਦਾ ਇੱਥੇ ਇੱਥੇ ਮੋੜ ਨਹੀਂ ਸਕਦਾ ਇੱਥੇ ਮੋੜ ਨਹੀਂ ਸਕਦਾ ਕਹਿ ਨਹੀਂ ਸਕਦਾ ਵੀ ਤੂੰ ਚੱਲਦਾ ਨਹੀਂ ਮਤਲਬ ਕਹਿ ਸਕਦਾ ਲੇਕਿਨ ਚੱਲਦਾ ਹਰ ਪਾਸੇ ਹੀ ਹੈ ਹਰ ਇੱਕ ਕੋਈ ਐਕਸੈਪਟ ਹੀ ਕਰਦਾ ਇਹਨੂੰ
जजी बैस बना अपना अपना यार मेरा दोस्त हों ओने गांधी दे टोपी बनाती उत्ते नोट दे टोपी बनाती एनका लाती है ओदे हाथ च गिटार फड़ाता एवं करके पेंटिंग करता हुंदा सी ओ गांधी नूं बनाता ने रॉक स्टार उत्ते नोट वाले गांधी नूं हैना इत्थे नहीं कर सकदा तू। चलो बई दोस्तों हुण आपां चले आ आ देख लो माहौल निकल गए उत्थों पेट्रोल स्टेशन तों ते हुण आपां चले आ लेबर मार्केट समझ गए लेबर मार्केट दुबई दी रीसेंटली ओपन हुई है हो नहीं तो टाइम हो गया ओपन होके काफी टाइम हो गया तो असी हुण चले हां अस क्या देखिए चल के उत्थे माहौल के भी सस्ता सुने ही है उत्थे देखदे आ सस्ता तो बहुत आ शुरू तो ही लेबर मार्केट लगती आउंदी आ बट हुण गवर्नमेंट वल्लों एक प्रोफेशनली उन्होंने लाइसेंस दे के सस्ते च सत लो लाइसेंस नहीं भी सस्ते दे दुकान लो उत्थे बह के बेचो हां बह के पहला जिहड़ी बंगाली मार्केट लेबर मार्केट लगती सी आपदा आपदा जुलिया बिस्तरा चक के कहिंदे आ ਫੱਟੇ ਫੁੱਟੇ ਚੱਕ ਕੇ ਉਦਾਂ ਲਾਈ ਹੁੰਦੀ ਸੀ ਹਾਂ ਬਾਲਟੀ ਬੋਲਟੀ ਚੱਕ ਕੇ ਬਾਲਟੀ ਬੋਲਟੀ ਚੱਕ ਕੇ ਕਿਨੇ ਛੋਲੇ ਵੇਚਣੇ ਅੰਡੇ ਵੇਚਣੇ ਆਪਦਾ ਆਪਦਾ ਵੇਚ ਰਿਹਾ ਸੀ ਬੰਗਾਲੀ ਮਾਰਕੀਟ ਬਹੁਤ ਪੁਰਾਣੀ ਆ ਡੈਡੀ ਹੁਣਾਂ ਟਾਈਮਾਂ ਤੋਂ ਲੱਗਦੀ ਆਉਂਦੀ ਹਾਂ ਤੇ ਹੁਣ ਕੀ ਕੀਤਾ ਲੀਗਲਾਈਜ਼ ਹੋ ਗਈ ਹਾਂ ਲੀਗਲ ਕਰਤੀ ਹਾਂ ਵੀ ਤੁਸੀਂ ਸਾਤੋਂ ਅਪਰੂਵ ਕਰਾ ਕੇ ਹਾਈਜੀਨ ਰੱਖ ਕੇ ਉਹਨੂੰ ਵੇਚੋ ਸਸਤੇ ਚ ਉਹ ਯਾਰ ਉਦੋਂ ਵੀ ਲੋਕ ਮੇਨ ਗੱਲ ਕੀ ਹੁਣ ਕਈ ਬੰਦੇ ਇਹੋ ਜਿਹੇ ਜਿਹੜੇ ਖੱਲੀ ਵੱਲੀ ਨੇ ਤੇ ਜਿਨ੍ਹਾਂ ਦੀਆਂ ਕੰਪਨੀਆਂ ਬੰਦ ਹੋ ਗਈਆਂ ਜਾਣ ਜੋਗੇ ਹੈ ਨਹੀਂ ਪਿੱਛੇ ਤੇ ਆਪਦਾ ਰੋਜ਼ੀ ਰੋਟੀ ਚਲਾਉਣ ਲਈ ਇੱਕ ਇਲ ਮਤਲਬ ਨੋਨ ਅਪਰੂਵਡ ਉੱਥੇ ਆਪਦੀ ਮੰਡੀ ਲਾ ਕੇ ਬੈਠੇ ਬੰਗਾਲੀ ਬੰਗਾਲੀ ਹੋ ਗਿਆ ਪਾਕਿਸਤਾਨੀ ਹੋ ਗਏ ਇੰਡੀਅਨ ਹੋ ਗਏ ਸਾਰੇ ਮਿਕਸ ਹੀ ਨੇ ਉੱਥੇ ਲੇਕਿਨ ਵੱਜਦੀ ਬੰਗਾਲੀ ਮਾਰਕੀਟ ਆ ਅਤੇ ਹੁਣ ਲੀਗਲਾਈਜ਼ ਹੋ ਗਿਆ ਕੰਮ ਗੌਰਮੈਂਟ ਆਥੋਰਾਈਜ਼ਡ ਕਰਕੇ ਉਹਨਾਂ ਨੂੰ ਪ੍ਰੋਪਰ ਦੁਕਾਨਾਂ ਦੇ ਕੇ ਮੰਥਲੀ ਰੈਂਟ 'ਤੇ ਥੋੜ੍ਹਾ ਥੋੜ੍ਹਾ ਰੈਂਟ ਆ ਜ਼ਿਆਦਾ ਨਹੀਂ ਅਤੇ ਉਹਨਾਂ ਬੰਦਾ ਕਮਾ ਵੀ ਲੈਂਦਾ ਰਸ਼ ਬਹੁਤ ਪੈਂਦਾ ਉੱਥੇ ਅੱਜ ਦੇਖਦੇ ਹਾਂ ਰੋਜ਼ੇ ਚੱਲਦੇ ਸਾਨੂੰ ਇਹ ਨਹੀਂ ਪਤਾ ਗਾ ਵੀ ਹੁਣ ਰੋਜ਼ਿਆਂ 'ਚ ਹੁਣ ਇਫਤਾਰੀ ਹੋਈ ਆ ਇਫਤਾਰੀ ਤੋਂ ਬਾਅਦ ਅਸੀਂ ਨਿਕਲ ਗਏ ਹਾਂ ਅਤੇ ਕਿਉਂਕਿ ਉੱਥੇ ਪਹੁੰਚਣਾ ਟਾਈਮ ਨਾਲ ਫਿਰ ਦੇਖਦਾ ਉੱਥੇ ਇੱਕ ਰਸ਼ ਹੈਗਾ ਨਹੀਂ ਹੈਗਾ ਕੀ ਮਾਹੌਲ ਆ ਜਿਹੋ ਜਿਹਾ ਮਾਹੌਲ ਹੋਇਆ ਤੁਹਾਨੂੰ ਦਿਖਾ ਦਾਂਗੇ ਸਹੀ ਹੈ ਨਾ ਬਿਲਕੁਲ ਚਲੋ ਜੀ ਬਬਾਸ ਲਾ ਲੈਟਾਂ ਫਿਰ ਬਈ ਪੂਰਾ ਮਾਹੌਲ ਬਣਾਇਆ ਐਨ ਵਧੀਆ ਸਾਨੂੰ ਕੁਛ ਲੱਭ ਨਹੀਂ ਰਿਹਾ ਰੋਡ ਦੇ ਉੱਤੇ ਅਤੇ ਆਹ ਬਾਹਰ ਦੇਖੋ ਮਾਹੌਲ ਸਹੀ ਸੀ ਹੈ ਨਾ ਹੁਣ ਆੜੀ ਤੋਂ ਘੁੰਮਾ ਫਿਰ ਤੈਨੂੰ ਬੰਦ ਕਰਕੇ ਕਰਨਾ ਪੈਣਾ ਮਾਝੇ ਸੋਹਣੀ ਅਸਲੀ ਮੈਂ ਨਾ ਮਾਝੇ ਦੇ ਇੱਥੇ ਕੋਈ ਵੀ ਮਾੜੀ ਨਹੀਂ ਬਾਈ ਕਿੰਨੀ ਸੋਹਣੀ ਆ ਯਾਰ ਮਾਝੇ ਬਹੁਤ ਸੋਹਣੀ ਹਾਂ ਦੱਸ ਗ੍ਰੀਨ ਹੋ ਗਈ ਗ੍ਰੀਨ ਹੋ ਗਈ ਲੋ ਵੀ ਮਿੱਤਰੋ ਅਸੀਂ ਆ ਗਏ ਉਹ ਏਰੀ ਦੇ ਵਿੱਚ ਤੂੰ ਯਕੀਨ ਮੰਨੋ ਸਾਨੂੰ ਜਮਾ ਹੀ ਨਹੀਂ ਪਤਾ ਵੀ ਉਹ ਮਾਰਕੀਟ ਹੈ ਕਿੱਥੇ ਕੀ ਹਿਸਾਬ ਕਿਤਾਬ ਆ ਨਾ ਅਤੇ ਦਿਲ ਚੜ੍ਹਾਈ ਲਈ ਆਉਣੀ ਸੀ ਨਾ ਛਿੱਤਰ ਖਾਣੇ ਸੀ ਲੋਕਾਂ ਤੋਂ ਆਪਾਂ ਤਾਂ ਨਹੀਂ ਕੁੱਟਦੇ ਜਿੱਥੇ ਅਤੇ ਜਦੋਂ ਹੀ ਮਿਲਦੀ ਮਾਰਕੀਟ ਆਪਾਂ ਤੁਹਾਨੂੰ ਦੱਸਦੇ ਹਾਂ ਲੱਭ ਲਈ ਔਖੇ ਸੌਖੇ ਹੋ ਗਏ ਕਿਉਂ ਸਲੀਮ ਪਹੁੰਚ ਗਏ ਬਸ ਬਣੇ ਰਹੋ ਸਾਡੇ ਨਾਲ ਜੁੜੇ ਰਹੋ ਸਾਡੇ ਬਲੌਗ ਨਾਲ ਜੁੜੇ ਰਹੋ ਬ੍ਰਦਰ ਬੰਗਾਲੀ ਮਾਰਕੀਟ ਕਿੱਧਰ ਹੈ ਓਕੇ ਸਟੇਟਾਂ ਸਾਹਮਣੇ ਹੈ ਓਕੇ ਥੈਂਕ ਯੂ ਲਾਦਾ ਹੀ ਅੱਕ ਜੱਟਾਂ ਨੇ ਅਤੇ ਬੰਦੇ ਤੋਂ ਪੁੱਛ ਲਿਆ ਆਪਾਂ ਬੰਗਾਲੀ ਮਾਰਕੀਟ ਕਿੱਧਰ ਹੈ ਦੋਸਤ ਇੱਧਰ ਜਾਓ ਸਿੱਧਾ ਜਾਓ ਸਿੱਧਾ ਬੰਗਾਲੀ ਮਾਰਕੀਟ ਮਿਲੇਗਾ ਜਿਹੜਾ ਦੁਬਈ 'ਚ ਰਿਹਾ ਉਹਨੂੰ ਨਾ ਹਿੰਦੀ ਆਉਂਦੀ ਆ ਨਾਲੇ ਆਪਦੀ ਮਾਤਰ ਭਾਸ਼ਾ ਭੁੱਲ ਜਾਂਦਾ ਉਹ ਨਾ ਉਹਨੂੰ ਬੰਗਾਲੀ ਆਉਂਦੀ ਨਾ ਉਹਨੂੰ ਉਰਦੂ ਆਉਂਦੀ ਹਿੰਦੀ ਉਰਦੂ ਮਿਕਸ ਕਰ ਦਿੰਦੇ ਆ ਇੱਥੇ ਇੱਕ ਮਿਕਸ ਜੀ ਭਾਸ਼ਾ ਕ੍ਰੀਏਟ ਕੀਤੀ ਹੋਈ ਆ ਸਾਰਿਆਂ ਨੇ ਬਾਬਾ ਕਿੱਧਰ ਜਾਏਗਾ ਉੱਧਰ ਜਾਏਗਾ ਕਰੇਗਾ ਜਾਏਗਾ ਉੱਧਰ ਜਾਏਗਾ ਇੱਧਰ ਕਰੇਗਾ ਆਰ ਆਰ ਆ ਜਾਏਗਾ ਜਾਏਗਾ ਕਿੱਧਰ ਜਾਏਗਾ ਉੱਧਰ ਜਾਏਗਾ ਹੈ ਅਤੇ ਬਸ ਦੇਖਦੇ ਹੁਣ ਮੂਹਰੇ ਗ੍ਰੈਂਡ ਮਾਰਕੀਟ ਤੱਕ ਆ ਗਏ ਅਸੀਂ ਤੁਹਾਨੂੰ ਦਿਖਾ ਦਿੰਦੇ ਹਾਂ ਮਾਹੌਲ ਅੱਧੀ ਜਗ੍ਹਾ ਤਾਂ ਹੋਰ ਪੁੱਛਣਾ ਪੈਣਾ ਆਹ ਤਾਂ ਨਹੀਂ ਬਾਈ ਤੁਹਾਨੂੰ ਇਹ ਪਾਰਕਿੰਗ ਆ ਉਹਨੇ ਸਿੱਧਾ ਇੱਕ ਰਾਈਟ ਲੈਣ ਨੂੰ ਕਿਹਾ ਸੀ ਆ ਸਾਹਮਣੇ ਹੈਗੀ ਆ ਕਹਿੰਦਾ ਉਹ ਜਾ ਸਿੱਧਾ ਸਿੱਧਾ ਇਹ ਤਾਂ ਫਿਰ ਕੈਂਪ ਕੂੰਪ ਆ ਜਾਣੇ ਆ ਆਏ ਵਾ ਆਏ ਵਾ
ਸਾਈਕਲ ਹੈ ਕੋਈ 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 ਫੈਮਿਲੀ ਆ ਫੈਮਿਲੀ ਬਿਲਡਿੰਗ ਲੱਗ ਗਈ ਤਾਂ ਮਾਲ ਆ ਇਹ ਅੱਛਾ ਮਾਲ ਦੀ ਐਂਟਰੀ ਹੈ ਦੋਸਤੋ ਟੈਨਸ਼ਨ ਨਹੀਂ ਲੈਣੀ ਇਹ ਮਤਲਬ ਕੈਂਪ ਏਰੀਆ ਵਾ ਇਹ ਤੇ ਮਿਕਸ ਏਰੀਆ ਕੈਂਪ ਏਰੀਆ ਵੀ ਆ ਤਾਂ ਫੈਮਿਲੀ ਬਿਲਡਿੰਗਸ ਨੇ ਨਹੀਂ ਨਹੀਂ ਇਹ ਫੈਮਿਲੀ ਇੱਥੇ ਕੋਈ ਨਹੀਂ ਫੈਮਿਲੀ ਰਹੀ ਹੈ ਪਿੱਛੇ ਫੈਮਿਲੀ ਰਹੀ ਹੈ ਪਿੱਛੇ ਸੌਰੀ ਅਪੋਲੋਜਾਈਜ਼ ਸੌਰੀ ਫॉर दैट ਰੋਂਗ ਇਨਫੋਰਮੇਸ਼ਨ ਇਹ ਤਾਂ ਪੁੱਛ ਰਹੇ ਹਾਂ ਬ੍ਰਦਰ ਯਾਰ ਬੰਗਾਲੀ ਮਾਰਕੀਟ ਕਿੱਧਰ ਹੈ ਹਾਂ ਬਹੁਤ ਸਾਹਮਣੇ ਯਾਰ ਆ ਬੰਗਾਲੀ ਮਾਰਕੀਟ ਹੈ ਆ ਆ ਗਏ ਆ ਗਏ ਆ ਗਏ ਲਓ ਜੀ ਪਾਰਕਿੰਗ ਲੱਭਣੀ ਪੈਣੀ ਆਪਾਂ ਨੂੰ ਲਾਵੀ ਮਿੱਤਰੋ ਤੁਹਾਨੂੰ ਸਾਰੇ ਰਾਹ ਦਿਖਾਉਂਦੇ ਜਾ ਰਹਾ ਮੈਂ ਪਾਰਕਿੰਗ ਲੱਭ ਓਏ ਹੋਏ 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 ਇੱਧਰ ਰਾਸ਼ ਦਿਖਾ ਦੇ ਰਾਸ਼ ਫੁੱਲ ਆ ਬੜਾ ਫੁੱਲ ਬੜਾ ਫੁੱਲ ਆ ਦੇਖੋ ਭਾਈ ਆ ਹੀ ਬੰਗਾਲੀ ਮਾਰਕੀਟ ਲੈਣ ਕਾਦੀ ਲੱਗੀ ਬਈ ਅੰਦਰ ਜਾਣ ਦੀ ਮੈਨੂੰ ਲੱਗਾ ਅੰਦਰ ਜਾਣ ਦੀ ਅਸਲੀ ਮੈਂ ਫਿਰ ਬਾਹਰ ਹੀ ਮੁੜੀਏ ਆ ਤਾਂ ਕੰਮ ਕਰ ਆ ਵਾ ਫਿਰ ਕਾਦੇ ਹੋਰ ਦੀ ਲੈਣ ਹੋ ਦੁਬਈ ਪੁਲਿਸ ਦਾ ਕੈਬਨ ਕੀ ਮਾਰਕੀਟ ਆ ਗਈ ਬਈ ਉਹ ਤਾਂ ਅਲਕੋਹਲ ਸ਼ਾਪ ਸੀਗੀ ਉੱਥੇ ਡਰ ਕੇ ਲੈਣ ਚ ਲੱਗਣਾ ਪੈਣਾ ਉਹ ਗਿਆ ਜਿਨ੍ਹਾਂ ਨੇ ਬੰਦ ਨਹੀਂ ਕੀਤੀ ਆ ਜਿਹੜੀ ਜਿਹੜੀ ਪਹਿਲਾਂ ਤੁਹਾਨੂੰ ਦਿਖਾਈ ਆ ਨਾ ਜਿਹੜੀ ਪਹਿਲਾਂ ਦਿਖਾਈ ਆ ਉਹ ਉਹ ਸੀਗੀ ਅੱਗੇ ਬੰਦ ਕਰ ਦਿੰਦੇ ਸੀ ਯਾਰ ਇਹ ਹਾਂ ਤੇ ਅਲਕੋਹਲ ਸ਼ਾਪ ਸੀ ਉੱਥੇ ਲੇਬਰ ਖੜੀ ਲੈਣ ਲਾ ਕੇ ਪੂਰੀ ਵਧੀਆ ਤਰੀਕੇ ਨਾਲ ਅਸੀਂ ਤਾਂ ਕਰ ਦਿੰਨੇ ਆ ਤੇ ਆ ਵਾਸਲੀ ਲੇਬਰ ਮਾਰਕੀਟ ਹੈ ਨਿਕਲ ਜਾ ਦਿਖਾਉਂਦੇ ਆ ਬਾਹਰ ਜਾ ਕੇ ਤੁਹਾਨੂੰ ਕੀ ਮਿਲ ਗਿਆ ਤੈਨੂੰ ਖੁਸ਼ ਹੋਇਆ ਵਰਦਾ ਪਾਰਕਿੰਗ ਯਾਰ ਇਧਰ ਉਧਰ ਉਹ ਵੀ ਲਓ ਵੀ ਦੁਬਈ ਦੇ ਵਿੱਚ ਪਾਰਕਿੰਗ ਮਿਲ ਜੇ ਨਾ ਜਿਹਨੂੰ ਉਹਨੂੰ ਸਮਝ ਲੈ ਫਿਰ ਖਜ਼ਾਨਾ ਮਿਲਦਾ ਖਜ਼ਾਨਾ ਪਾਰਕਿੰਗ ਆਪਾਂ ਸਹੀ ਟਿਕਾਣੇ ਮਿਲੀ ਮੇਰੇ ਬਾਈ ਨੂੰ ਤੁਰਨਾ ਥੋੜਾ ਵੱਡ ਬੂ ਬਟ ਇਟਸ ਓਕੇ ਕੋਈ ਗੱਲ ਨਹੀਂ ਮੇਰੀ ਕੈਲਰੀਜ਼ ਬਰਨ ਹੋ ਜਾਣਗੀਆਂ ਜਿਮ ਲੱਗਣ ਲੱਗੇ ਜੋ ਜੋ ਬੇਬੀ ਯੋ ਬੇਬੀ ਯੋ ਵੀ ਕੜਾਚ ਗੁਲਟਾ ਕੀ ਕਹਿੰਦਾ ਯਾਰ ਯੋ ਯੋ ਬੇਬੀ ਕੜਾਚ ਗੁਲਟਾ ਚੱਲ 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 ਆ ਦੇ ਗੱਡੀ ਥੋੜਾ ਘਮਾ ਕੇ ਮਿੱਤਰਾ ਲੋ ਜਾ ਥੋੜੀ ਗਲਤ ਮੋੜ ਗਲਤ ਮੋੜ ਗਈ ਸਵਾਰਾ ਕਰ ਲਾਂਗੇ ਚੱਲ ਮੈਂ ਉਤਰ ਜਾ ਫਿਰ ਨਹੀਂ ਵੀਡੀਓ ਦੇ ਚੱਕਰ ਦੇ ਗੱਲ ਮੋੜ ਵੀਡੀਓ ਚ ਵੀਡੀਓ ਦੇ ਚੱਕਰ ਦੇ ਗਲਤ ਬਣਾ ਲਈ ਮੁੰਡੇ ਨੇ ਵੀਡੀਓ ਹੁਣ ਮੈਨੂੰ ਪਤਾ ਲੱਗਾ ਮੈਂ ਹੱਥ ਕਿੱਧਰ ਨੂੰ ਘੁਮਾਣਾ ਮੈਂ ਉਧਰ ਨੂੰ ਵੀ ਲੈ ਜਾਣਾ ਕਦੇ ਕਦੇ ਗੱਡੀ ਇਨਸ਼ੋਰ ਕਰ ਲਈ ਵਿੱਚ ਲੱਗੀ ਆ ਗੱਡੀ ਤਾਂ ਵਿੱਚ ਆ ਬਾਈ ਆ ਜਾ ਫਿਰ ਤੈਨੂੰ ਲੈ ਕੇ ਚੱਲੀਏ ਅੱਛਾ ਬਾਈ ਮਿੱਤਰੋ ਲੌਂਗ ਲਾ ਦੇ ਚੰਗੀ ਤਰ੍ਹਾਂ ਮਾਹੌਲ ਹੀ ਬਦਲਿਆ ਪਿਆ ਹਾਂ ਯਾਰ ਇਹ ਏਰੀਆ ਦੇ ਵਿੱਚ ਅਸੀਂ ਰਹਿ ਕੇ ਗਏ ਹਾਂ ਸਟਾਰਟਿੰਗ ਦੇ ਵਿੱਚ ਬਾਈ ਵੀ ਰਿਹਾ ਹੋਣਾ ਮੈਂ ਵੀ ਰਿਹਾ ਹਾਂ ਆਹੋ ਜਾਣੀ ਕਿ ਜਿਵੇਂ ਲੇਬਰ ਏਰੀਆ ਹੁੰਦਾ ਬੰਦੇ ਹੀ ਬੰਦੇ ਹੁੰਦੇ ਆ ਇੱਥੇ ਕੁੜੀ ਕੁੜੀ ਦੇਖਣਾ ਨਾਮੋ ਨਿਸ਼ਾਨ ਨਹੀਂ ਹੁੰਦਾ ਸੀਗਾ ਪਹਿਲਾਂ ਤਾਂ ਬਹੁਤ ਵੱਡੀ ਗੱਲ ਵੀ ਬੁੜੀ ਬੱਚਾ ਹਨਾ ਬੰਦੇ ਹੀ ਪੂਰੀ ਲੇਬਰ ਹੁੰਦੀ ਸੀ ਤੇ ਪੂਰੀ ਲੇਬਰ ਹੁਣ ਵੱਡੀ ਗੱਲ ਹੁੰਦੀ ਸੀਗੀ ਆਹ ਦੇਖੋ ਰੈਜ਼ੀਡੈਂਸ਼ੀਅਲ ਬਿਲਡਿੰਗ ਆ ਇਹ ਤੇ ਹੁਣ ਇੱਥੇ ਜੋਟੀਆਂ ਪਾ ਕੇ ਤੁਰੇ ਫਿਰਦੇ ਆ ਹਾਂ ਲੇਬਰ ਤੇ ਹੈਰਾਨੀ ਦੀ ਗੱਲ ਹੈ ਗੱਲ ਤਾਂ ਪੱਕੀ ਹੈ ਨਾ ਡਿਵੈਲਪ ਹੋਈ ਹੋ ਗਿਆ ਆਪਾਂ ਕਿੰਨੇ ਸਾਲ ਬਾਅਦ ਆਏ ਘਟਵਾਟ ਕਦੀ ਵਾਰ ਵਿੱਚ ਹੀ ਹੁਣ 8-10 ਸਾਲ ਹੋ ਗਏ ਨਾ ਅਸਲੀ ਮੈਂ ਜਿਹੜੀ ਆਪਾਂ ਗੱਲ ਕਰਦੇ ਆ ਜ਼ਿਆਦਾ ਹੋ ਗਿਆ ਜ਼ਿਆਦਾ ਹੋ ਗਿਆ 15 ਸਾਲ ਹਾਂ ਉਹਨਾਂ ਟਾਈਮ ਆ ਆਪਾਂ ਨੂੰ ਲੈਣ ਤੋਂ ਆਏ ਨਹੀਂ ਹਾਂ ਉਦੋਂ ਪਹਿਲਾਂ ਦੀਆਂ ਗੱਲਾਂ ਚਲੋ ਤੁਹਾਨੂੰ ਮਾਰਕੀਟ ਦੇ ਮੂਹਰੇ ਲਿਆ ਕੇ ਮਿਲਦੇ ਆ ਫਿਰ ਕਿਉਂ ਲਿਆਂਦਾ ਨਾ ਤੈਨੂੰ ਮਾਰਕੀਟ ਹੁਣ ਅਸੀਂ ਡਰਦੇ ਆਉਂਦੇ ਨਹੀਂ ਹੁੰਦੇ ਸੀਗੇ ਅਸਤ ਕੋ ਯਾਰ ਰੋਜੇ ਚੱਲਦੇ ਆ ਉੱਥੇ ਰਾਸ਼ ਹੋਣਾ ਨਹੀਂ ਹੋਣਾ ਪਤਾ ਨਹੀਂ ਬੰਦ ਮਿਲੂ ਹੋਣਾ ਬਟ ਫਾਈਨਲੀ ਫਿਰ ਆਪਾਂ ਆਈ ਆ ਰੌਣਕ ਮੇਲਾ ਦੇਖੋ ਇੱਧਰ ਰੌਣਕ ਮੇਲਾ ਇਹ ਆ ਐਂਟਰੈਂਸ ਉਹ ਇਹ ਆ ਗਈ ਬਈ ਐਂਟਰੈਂਸ ਉਹ ਜਿਹੜਾ ਮਾਹੌਲ ਹੈ एंट्रेंस मोबाइल एक्सेसरीज ਆ ਲੈ ਆਉਣੀ ਸੀ ਯਾਰ ਤੂੰ ਬਾਅਦ ਚ ਆਪਦੀ
ड्राई फ्रूट अबे ड्राई फ्रूट्स यार ब्रदर ये कौन सा है 4 32 GB कितने का है 150 आई मीन कोई माड़ी चीज रखी है एप्पल दे पे इत्थे पतंदर कैन ही लेवर मार्केट कहंदे आ है ना ना पूरी क्लास है सही है डेल एप्पल लेनोवो सारा डेल सेल सारा कुछ पिया है इनको असि एक्चुअली आए तो यही देखनी सी माहौल की है उ लेकिन आके हुण पता लग रहा कि नहीं यार ये बड़ी यूनीक मार्केट है माहौल घेंट है पूरा भाई कंबल शंबल इधर बूट ले ला ऑफिस नु आ देना शोरूम च एनका नहीं देता ना उदू वधिया मॉडल यह रखी फिर देख एनका वो ला ला तू वाली ग्राम च की माड़िया है सारिया ये पराडा ये पराडा मेरे दोस्तों बस हाथ चज ना फड़ना ठीक है ना जहां तो लाउनी हां शीशा लगा इथे ला के देख तू कितनी सोनी एनका पईया एक अद्धी एनका है इन्हें खोल के दिखा कोई बड़ी डेमो दे ला वाटर प्रूफ है भाई ये अजान होगी जान होने तो बाद गल करते हैं ठीक है बाकी घड़ियां इतने बड़ी क्या खाने वो वाली साइड सी इलेक्ट्रॉनिक इलेक्ट्रॉनिक है ना उधर की है रेड टी शर्ट इधर पाई ग्रीन ये है वेजिटेबल ये सारी वेजिटेबल का फ्रूट चाट फ्रूट नहीं माड़ा दे भाई कबाब खवा दे चल कबाब मार्केट आ हुई ना गल कुछ किन्ने कबाब टिक्का कैसा दोस्त ठीक है क्या क्या आइटम है तुम्हारे पास चिकन विंग्स है चिकन लेग चिकन टिक्का है फिश भी है ये क्या है ये चिकन टिक्का है ये दिखाओ यार एक चाहिए दो दे दो बना के ला भी चिकन टिक्का तेरी रीस पूरी मार्केट दी वही की खाना चिकन टिक्का हूँ ही लहंदा लहंदा ਹੁਣੀ ਹੁਣੀ ਸਿੱਖਾਂ ਤੋਂ ਸਿੱਧਾ ਪਲੇਟ 'ਚ ਆਇਆ ਕਿਵੇਂ ਆ ਕੋਈ ਉਹਦਾ ਨਹੀਂ ਬਈ ਇਹ ਜੀ ਮਾਰਕੀਟ 'ਚ ਆਇਆ ਵਧੀਆ ਨਹੀਂ ਟੇਸਟ ਨਹੀਂ 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 ਘੈਂਟ ਵਾਲਾ ਹਾਂ ਲੈਂਡ ਕਹਿੰਦਾ ਤੁਸੀਂ ਲੈਂਡ ਪੂਰਾ ਗੇੜਾ ਕੱਢੋ ਮੈਨੂੰ ਲੱਗਦਾ ਤੁਹਾਡੇ 50 ਦਰਾਮ ਖਰਚ ਹੋਣਗੇ अच्छा ट्राई कर है ना
फायजा एंड आलेशा सिटिंग सिटिंग एरिया भी है शॉप नंबर लगे तेन सवा बढ़िया ना कितना टाइम लगेगा इसको 10 मिनट लगता है बनने में बनने में पूरा अच्छे से बनेगा 10 मिनट कौन सा शहरी है शहरी आराइटर वो करते हैं ना टिश्यू देना भाई एक पेपर दे यार इसको साफ कर ना एक बार घूम के आए ऑर्डर करेंगे पैक कर देंगे जिंगा फिश प्रॉन बंदू आ रहे हैं हम लोग हाँ पैसा दे दे कितना चेंज भाई दो दे रहा ये कितना दो पीस है दो 20 दिरहम है दो पीस का 20 दिरहम तो मैं असली 20 दिरहम दा भी कटा दे तो आंदे आपे तो फाड़ लेंगे रौला पता हूँ कि चेंज है तू दे दे फिर चेंज का रौला पै रहा चेंज का फिर आके आते समय ही उठाएगा ठीक है आगे चपली कबाब है कबाब कोई लेग पीस वगैरह है होगा कबाब ले लेंगे चपली कबाब ले लेंगे यार गल मेन यह आने वो दस रेट रेट है एक दराम की चीज एक दराम का टिक्का खादा एक रुपए का एक सी यार इधर भाई सिटिंग एरिया भी बनाया वधिया आ गया सिटिंग एरिया सारी मार्केट ਕਵਾਬ ਦੀ ਜਦੋਂ ਸਮੈਲ ਜਾਂਦੀ ਹੁਣੇ ਚਾਰੇ ਪਾਸੇ ਤੋਂ ਤੇ ਜਿਹੜੇ ਹੱਥ 'ਚ ਬੋਤਲ ਫੜੀ ਹੁੰਦੀ ਉਧਰ ਇਧਰ ਨੂੰ ਆਪਣਾ ਨਾਲੇ ਐਕਸਪੈਂਸਿਵ ਨਹੀਂ ਨਾ ਬਈ 2 ਦਰਾਮ 3 ਦਰਾਮ ਕਿਹਨੂੰ ਲਾਉਣੇ ਔਖੇ ਆ ਮੈਂ ਕਿਹਾ ਜੇ ਬੰਦਾ ਓਕੇ ਆਪਾਂ ਰੈਸਟੋਰੈਂਟ ਜਾਂਦੇ ਆ ਤੁਹਾਡੀ ਮਨਪਸੰਦ ਦਾ ਆਰਡਰ ਵੀ ਕਰ ਦਿੰਨਾ ਤੇ ਬਟ ਤੂੰ ਰੱਜਦਾ ਵੀ ਨਹੀਂਗਾ ਪੈਸੇ ਵੀ ਉਨੇ ਹੁੰਦੇ ਰੱਜਦਾ ਨਹੀਂ ਇੱਥੇ 10 ਦਰਾਮ ਦੇ ਵਿੱਚ ਬੰਦਾ ਗਲੇ ਤੱਕ ਰੱਜ ਕੇ ਜਾਊ ਹਾਂ 10 ਦਰਾਮ ਦੇ ਵਿੱਚ ਇਹ 10 ਦੁਕਾਨਾਂ ਦੇ ਘੁੰਮ ਲਾ ਹਾਂ ਰੁਪਈਏ ਰੁਪਈਏ ਦਾ ਆਹ ਫਰੂਟ ਚਾਟ ਜਿਹੜੀ ਪਈ ਆ 1 ਦਰਾਮ ਦੀ ਆ ਹਾਂ अरे रोटी पानी खान आ गया जूस कहरा जूस है भाई भाई कड़ा कड़ा जूस है तेरे को कितने का ऑरेंज ले लिए एक ऑरेंज दे दे मिक्स कौन सा है मिक्स है कोई एक दे दे बस ਆਰੇ ਚਿਕਨ ਪਕੌੜਾ ਜੂੜ ਮਾਰੀ ਬੈਠੇ ਸੀਵੇਂ ਮਾਰ ਪਾਈ ਜਾਂਦੇ ਆ ਮਾਰ ਪਾਈ ਆ ਵਾਈ ਆ ਕਾ ਆਈ ਦਿਨ ਬਾਤ ਨਾ ਅਰਗਰ ਆਪੇ ਆ ਕੇਐਫਸੀ ਤੇ ਕੋ ਡਾਇਰੈਕਟ ਵੀ ਕਰਦਾ ਤੇ ਕੇਐਫਸੀ ਕਿਤੇ ਫਾਸਟ ਫੂਡ ਸਭ ਇੱਥੇ ਚੱਲਦਾ 2 ਗ੍ਰਾਮ 3 ਗ੍ਰਾਮ ਆ ਜੂੜ ਸੇ ਬਣਦਾ ਰਖਾ ਦੇ ਬਈ ਫਰੈਸ਼ ਓਰੀਜਨਲ ਪੂਰਾ ਓਰੀਜਨਲ ਫਰੈਸ਼ ਯੂਜ਼ ਮਿਲੂਗਾ ਇੱਥੇ ਇਹਨਾਂ ਦਾ ਤੈਨੂੰ ਦੂਜੀਆਂ ਦੁਕਾਨਾਂ ਦੇ ਬਲੀਵ ਨਹੀਂ ਹੋਣਾ ਕਿੱਥੋਂ ਕੱਢ ਕੇ ਲਿਆ ਕੇ ਪਿੱਛੋਂ ਦਿੰਦੇ ਆ ਮੂਰੇ ਬਣਾਉਂਦੇ ਆ ਹੈ ਬਾਈ ਕੀ ਕਹਿੰਦਾ ਤੂੰ ਹਾਂ ਵਧੀਆ ਚੀਜ਼ ਆ ਫਰੈਸ਼ ਐਨ ਕਹਿੰਦਾ ਮੈਂ ਤਾਂ ਉਹਨਾਂ ਦੇ ਹੁੰਦਾ ਬਾਈ ਉਹ ਦੇ ਭਰ ਕੇ ਬਣਾਇਆ ਉਹ ਜਿਹੜੇ ਕੇਐਫਸੀ ਧੋਣ ਦੇ ਗੋਡਾ ਰੱਖਿਆ ਉਹਨਾਂ ਨੇ ਉਹ ਆ ਰੇ ਕੇਐਫਸੀ ਆ ਆ ਮਜ਼ੇਦਾਰ
ਕੀ ਕਹਿੰਦਾ ਫਰੈਸ਼ ਜੂਸ ਫਰੈਸ਼ ਔਰੇਂਜ ਬਾਈ ਜਿਹੜਾ ਗਲਾਸ ਆ ਨਾ ਇਹ 4 ਦਰਾਮ ਦਾ ਤੂੰ ਮੂਰੇ ਦਾ ਕਰਨ ਨਹੀਂ ਦਿੱਤਾ ਉਹਦੇ ਨਾਰਮਲੀ ਲੋਕ ਰੁਪਈਆ ਛੱਡ ਦਿੰਦੇ ਲੇਕਿਨ ਇਸ ਰੁਪਈਏ ਦੀ ਇੱਕ ਸੀ ਕਬਾਬ ਦੀ ਆ ਜਾਣੀ ਨਾ ਨਾ ਪਿਓਰ ਬਿਨਾ ਇਸ ਤੋਂ ਬਿਲਕੁਲ ਜਿੰਨਾ ਪਿਓਰ ਔਰੇਂਜ ਔਰੇਂਜ ਦਾ ਬਣਾ ਕੇ ਦੇਤਾ ਇਮਾਨਦਾਰੀ ਵਿੱਚ ਬਰਫ ਆ ਨਾ ਫਲੇਵਰ ਨਾ ਸ਼ੂਗਰ ਆ ਨਾ ਸਿਰਪ ਸਿਰਪ ਸੁਰਪ ਕੁਛ ਨਹੀਂ ਗਾ ਪਿਓਰ ਗੋਲ ਗੱਪੇ ਖਾਣੇ ਹੂੰ ਚੌਮਿੰਗ ਲੈ ਲੈ ਉਹ ਜਲੇਬੀਆਂ ਪਈਆਂ ਜਮਾ ਹੀ ਨਾ ਜਲੇਬੀ ਵਧੀਆ ਆ ਪੰਜਾਬੀ ਪਾਕਿਸਤਾਨੀ ਬਾਈ ਆ ਜਲੇਬੀ ਦੇ ਰਹੇ ਮੇਰਾ ਭਰਾ ਪੈਸੇ ਦੇਣਾ ਭੁੱਲ ਜਾਂਦਾ ਕਰਾ ਕੇ ਅੱਜ ਉੱਥੋਂ ਰੈਸਟੋਰੈਂਟ ਤੋਂ ਮੰਗਵਾਉਂਦੇ ਹੁੰਦੇ ਆ 20 ਦਰਾਮ ਦੀਆਂ ਭੋਰਾ ਖਾ ਕੇ ਦੇਖ ਮੈਂ ਤਾਂ ਟੇਸਟ ਕਰ ਲਈ ਜਮਾਂ ਹੀ ਆਪਣੇ ਪਿੰਡ ਵਾਲੇ ਆ ਹਾਂ ਜਮਾਂ ਘੈਂਟ ਯਾਰ 2 ਰੁਪਏ ਦੀਆਂ ਮੋਰੀਆ ਨੂੰ ਜਲੇਬੀ ਘਰੇ ਖਾਦੀ ਜਾਣੀ ਸਮੋਸੇ ਜਲੇਬੀਆਂ ਅੱਧਾ ਕਿਲੋ ਜਲੇਬੀਆਂ ਲੈ ਲਈਆਂ ਆਪਾਂ ਅੱਧਾ ਕਿਲੋ ਆਏ ਕੀ ਮਾਹੌਲ ਤੈਨੂੰ ਲੱਗਦਾ ਤੁਹਾਡੇ ਉਹ ਕਲੇਜੀ ਹੋਣੀ ਆ ਚਿਕਨ ਕਲੇਜੀ ਬਾਈ ਮਾਹੌਲ ਤਾਂ ਮੈਨੂੰ ਬੜਾ ਵਧੀਆ ਲੱਗਿਆ ਹੈ ਬਹੁਤ ਵਧੀਆ ਲੱਗਿਆ ਹਨ ਸਾਇਲੈਂਟ ਆ ਜਿਵੇਂ ਰੋਜ਼ਾਂ ਤੋਂ ਬਾਅਦ ਤੈਨੂੰ ਲੈ ਕੇ ਆਉਣਾ ਚਾ ਠੀਕ ਆ ਮਤਲਬ ਜਿਹਨੇ ਧੱਕ ਪਾਉਣੀ ਆ ਪਾ ਸਕਦਾ ਬਾਈ ਅਗਰ ਜਿਹਨੇ ਮਿਹਨਤ ਕਰਨੀ ਆ ਤਾਂ ਵਿੱਚ ਵਿੱਚ ਹੈਗੀਆਂ ਨੇ ਵਿੱਚ ਵਿੱਚ ਖਾਣ ਪੀਣ ਨੂੰ ਪੂਰਾ ਫੂਡ ਬਰਿਆਨੀ ਆਹ ਖਾ ਲਿਆ ਤੂੰ ਇਹ ਤੇ ਲਾ ਸਕਦਾ ਪਰ ਔਖੀ ਹੋ ਬਈ ਮਿਲਣੀ ਉੱਥੇ ਉਹ ਕਿਆ ਬਾਤ ਹੈ ਆਲੂ ਵਾਲੇ ਪਰੌਂਠੇ ਮੱਕੀ ਦੀ ਰੋਟੀ ਸਰੋਂ ਦਾ ਸਾਗ ਘੰਟੇ ਦੇ ਘੁੰਮੀ ਜਾਂਦੇ ਘੰਟੇ ਸਭ ਕੁਛ ਖਾ ਪੀ ਲਿਆ ਹੱਥਾਂ 'ਚ ਪੀ ਲੈ ਗਿਆ ਤੇ ਆਹ ਮਿਲਿਆ ਪੰਜਾਬੀ ਢਾਬਾ ਸਾਡੇ ਪੰਜਾਬੀ ਵੀ ਹੈਗੇ ਆ ਵਿੱਚ ਕਿਹੜੀ ਕਿਹੜੀ ਆਈਟਮ ਹੁੰਦੀ ਹੈ ਵੀਰੇ ਆਪਣੇ ਕੋਲ ਕੀ ਕੀ ਆਈਟਮ ਹੁੰਦੀ ਹੈ ਕਰੇਲੇ ਆਲੂ ਪਿਆਜ਼ ਆ ਚਿਕਨ ਮਟਰ ਪਨੀਰ ਦਾਲ ਦਾਲ ਕਰੇਲੇ ਆਲੂ ਪਰਾਂਠਾ ਮੂਲੀ ਵਾਲਾ ਸਾਗ ਮੱਕੀ ਦੀ ਰੋਟੀ ਸਾਗ ਤੇ ਮੱਕੀ ਦੀ ਰੋਟੀ ਸਭ ਪੰਜਾਬੀ ਵਾਲਾ ਜੋ ਘਰੇ ਖਾਣਾ ਵਾ ਡਿਨਰ ਬੰਦਾ ਘੈਂਟ ਕਰ ਸਕਦਾ ਇੱਥੇ ਤਰੀਕੇ ਵਾਲਾ ਤਰੀਕੇ ਵਾਲਾ ਮੈਂ ਵੈਸੇ ਐਕਸਪੈਕਟ ਨਹੀਂ ਕੀਤਾ ਸੀ ਆਪਣਾ ਕੋਈ ਪੰਜਾਬੀ ਸਟਾਲ ਵੀ ਹੋਊਗੀ ਬਟ ਮੈਂ ਨੇਪਾਲੀ ਦੇ ਲਈ ਪਾਕਿਸਤਾਨੀ ਦੇ ਲਈ
ਮਲਿਆਲੀ ਦੇ ਲਈ ਪੰਜਾਬੀ ਵੀ ਆ ਗਈ। ਕਿੰਨਾ ਟਾਈਮ ਹੋ ਗਿਆ ਵੀਰ ਆਪਾਂ ਨੂੰ ਇੱਥੇ? ਡੇਢ ਸਾਲ ਹੋ ਗਿਆ। ਇਹ ਵੀਰ ਦਾ ਢਾਬਾ ਯਾਰ। ਕੀ ਨਾਮ ਵੀਰੇ ਆਪਣਾ? ਰੋਹਿਤ। ਰੋਹਿਤ ਕਿਹੜਾ ਏਰੀਆ ਪਿੱਛੋਂ ਪੰਜਾਬ? ਅੰਮ੍ਰਿਤਸਰ। ਅੰਮ੍ਰਿਤਸਰ ਘੈਂਟ ਹੀ ਆਉਣਾ। ਹਾਂ ਐਕਚੁਲੀ ਖਾ ਪੀ ਕੇ ਫੁੱਲ ਰੱਜੇ ਹੋਏ ਸੀਗੇ ਅਤੇ ਹੁਣ ਲੈ ਕੇ ਜਾਣਾ ਆਪਾਂ ਪੰਜਾਬੀ ਢਾਬੇ 'ਤੇ ਐਂ ਸਪੋਰਟ ਕਰਨੀ ਬਣਦੀ ਆ ਅਤੇ ਨਾਲ ਲੈ ਕੇ ਜਾਣਾ ਵੀ ਬਣਦਾ ਵਾ, ਹੈ ਨਾ? ਆਪਾਂ ਪਹਿਲਾਂ ਵੀ ਵੀਡੀਓ 'ਚ ਕਿਹਾ ਹੋਇਆ ਜਿੱਥੇ ਤੁਹਾਨੂੰ ਪੰਜਾਬੀ ਮਿਲਦਾ ਉਹਨੂੰ ਸਪੋਰਟ ਕਰੋ ਤਾਂ ਜੋ ਉਹਨੂੰ ਕੁਛ ਮਿਲੇ, ਬੰਦੇ ਦਾ ਬਿਜ਼ਨਸ ਚੱਲੇ, ਹੈ ਨਾ? ਅਗਲਾ ਘਰੋਂ ਬਾਹਰ ਵੀ ਆਇਆ ਚਾਹੇ ਆਪਣੇ ਪੰਜਾਬ ਦੇ ਵਿੱਚ ਵੀ ਜਿੰਨੀ ਹੋ ਸਕਦੀ ਉਹਨੇ ਆਪਦੇ ਬੰਦੇ ਜਿੰਨੇ ਪੰਜਾਬੀ ਲੇਬਰ ਕਮਿਊਨਿਟੀ ਮਾਰਕੀਟ 'ਚ ਆਉਂਦੇ ਆ ਇੱਥੇ ਪੰਜਾਬੀ ਸਟਾਲ ਹੈਗੀ ਆ, ਦੂਜੀ ਖਾ ਕੇ ਨਾ ਮੁੜ ਦਿਓ। ਉਹ ਪਿਛੇ ਤਾਂ ਪਿੱਛੇ ਪਹਿਲਾਂ ਹੀ ਰਾਜ ਆਏ ਯਾਰ ਜਲੇਬੇ ਜਲੂਬੇ। ਮੈਂ ਨਾ ਆਪਣਾ ਸਰੋਂ ਦਾ ਸਾਗ ਪਿਆ ਵਾ, ਮੱਕੀ ਦੀ ਰੋਟੀ ਪਈ ਆ। ਆਪਣਾ ਬਹੂਗਾ ਮੱਕੀ ਦੀ ਰੋਟੀ ਆਊਗੀ, ਉਹਨੂੰ ਸੁੱਟਣਾ ਕਿੱਥੇ ਸੁੱਟੀ ਉਹ ਆ ਜੇ ਡਸਟਬਿਨ ਰੱਖਿਆ ਨਾਲ ਦੀ ਨਾਲ। ਕਿੱਦਾਂ ਕੰਮ ਕਰ ਬਈ? ਵਧੀਆ ਸਹੀ ਆ। ਮੰਥਲੀ ਤੱਕ ਕੋਈ ਲਾਇਸੈਂਸ ਨਹੀਂ, ਮੰਥਲੀ 1500 ਦੇ ਕੇ ਬਾਈ ਇੱਥੇ ਦਾ। ਤੇ ਫਿਰ ਇਹ ਤੁਹਾਨੂੰ ਹਾਂ 1 ਮੰਥ ਦਾ ਬਣਾ ਕੇ ਦੇ ਦੇਣਗੇ ਤੁਹਾਨੂੰ, ਹੈ ਨਾ? ਤੁਸੀਂ ਇੱਥੇ ਨਹੀਂ ਪੂਰੇ ਸਾਲ ਦਾ। ਅੱਛਾ, ਤਾਂ ਪੇ ਇੱਕ ਵਾਰੀ 'ਚ ਕਰਨਾ ਜਾਂ ਮੰਥਲੀ? ਬਹੁਤ ਈਜ਼ੀ ਕੀਤਾ ਯਾਰ, ਤਾਂ ਇੰਨੇ ਤਾਂ ਸੁਪਨਾ ਵਧੀਆ ਨਿਕਲੀ ਆਉਂਦੇ ਹੋਣਗੇ। ਚਲੋ ਵਧੀਆ, ਰੋਜੀ ਰੋਟੀ ਲੱਗੀ ਸਭ ਦੀ, ਹੈ? ਰੋਜੀ ਟਾਈਮ ਪਤਾ ਨਹੀਂ ਯਾਰ, ਬੰਦੇ ਉੱਥੇ ਰਸ਼ ਹੋਊਗਾ ਨਹੀਂ ਹੋਊਗਾ। ਸੰਡੇ ਫੁੱਲ ਰਸ਼ ਹੋਣਾ, ਅਸੀਂ ਵੀ ਰੋਜੇ ਕਰਕੇ ਇਫਤਾਰ ਤੋਂ ਬਾਅਦ ਸ਼ਾਮ ਨੂੰ ਆਏ ਹਾਂ। ਪੰਜਾਬੀ ਫਿਰ ਇੱਕ ਹੀ ਹੈ ਇੱਥੇ ਢਾਬਾ ਆਪਣਾ, ਇਕੱਲਾ ਹੀ ਹੈ? ਚਲ ਯਾਰ ਵਧੀਆ ਬਾਈ, ਮੱਕੀ ਦੀ ਰੋਟੀ ਇੱਥੇ ਕਿਹਨੂੰ ਮਿਲਦੀ ਹੈ? ਨਹੀਂ ਤਾਂ ਬਾਈ ਦਾ ਮੈਸ ਦਾ ਕੰਮ ਤਾਂ ਪਰਸ ਵੱਡਾ ਕਰਨੇ, ਤੂੰ ਜਿਹੜੇ ਤਰੀ ਮਾਰਦੀ ਵੀਰੇ ਤੂੰ ਵੱਡਾ ਕਰ ਦੇ। ਬਾਈ ਜਿਹੜਾ ਹੁਣ ਤੁਸੀਂ ਆਹ ਦੋ ਮੱਕੀ ਰੋਟੀਆਂ ਤੇ ਬਿਗ ਪਾਰਸਲ ਕੀਤਾ ਪੈਕ, ਇਹਦਾ ਕੀ ਪ੍ਰਾਈਸ ਆ? 10 ਰੁਪਏ। ਨਾਟ ਬੈਡ ਯਾਰ, ਉਹ ਵੀ ਦੱਸ ਦਾ ਯਾਨੀ ਕਿ ਬਾਕੀ ਸਾਰੀਆਂ ਆਈਟਮਾਂ ਇਹੀ ਪ੍ਰਾਈਸ, 5 ਰੁਪਏ ਪਲੇਟ ਹੈ, 2 ਰੋਟੀਆਂ ਨਾਲ ਸਬਜ਼ੀ। ਬਾਕੀ 5 ਰੁਪਏ ਪਲੇਟ ਹੈ, 2 ਰੋਟੀਆਂ ਨਾਲ ਸਬਜ਼ੀ। ਕਿਉਂ ਬਾਈ? ਯਾਰ ਇਹ ਮਾਰਕੀਟ ਨਾ ਬਣੀ ਆਪਣੇ ਵਰਗੇ ਲੋਕਾਂ ਦੇ। ਹਾਂ ਚਲੋ ਵੀਰੇ, ਠੀਕ ਹੈ ਨਾ ਯਾਰ? ਉਹ ਤੋਂ ਵਧੀਆ ਕੀ ਚੀਜ਼ ਹੋ ਸਕਦੀ ਹੈ ਤੁਹਾਡੇ ਇੱਥੇ? ਕੋਈ ਵੀ ਮਤਲਬ ਬੰਦਾ ਆ ਕੇ ਬਿਨਾਂ ਝਿਜਕ ਤੋਂ ਸਾਫ਼ ਸੁਥਰਾ ਕੋਈ ਥੱਲੇ ਮਾਰ ਕੇ ਦਿਖਾ ਦੇ ਵੀਡੀਓ, ਜੇ ਕੋਈ ਗੰਦ ਨਹੀਂ ਗਾ, ਕੋਈ ਕਚਰਾ ਨਹੀਂ ਗਾ। ਮਾਰਕੀਟ ਤੋਂ ਬਹੁਤ ਸਸਤੀ ਆਉਣੀ ਯਾਰ, ਜਿਹੜੀ ਮਟਨ ਮਟਨ ਠੀਕ ਹੈ, ਗੋਸ਼ਤ ਪਿਆ ਔਰ ਫਰੈਸ਼ ਆ ਪਿਆ, ਤੌਲੀਆ ਸਾਫ ਕਰਨ ਮੋਜਰੀ ਸਾਫ ਸੁਥਰਾ ਮਾਹੌਲ ਆ ਬਾਈ, ਮੱਕੀ ਕੋਈ ਨੀ ਹੈਗੀ। ਤੁਹਾਨੂੰ ਸਿਰਫ ਰਸ਼ ਹੀ ਦਿਖੂਗਾ, ਗੰਦ ਨੀ ਹੈਗਾ। ਬਾਰਬਰ ਸ਼ਾਪ ਬਣਾਈ ਵਰਦੇ ਇੱਥੇ, ਇਹਦੇ ਵਾਲ ਨੀ ਉੱਡਣ ਗਿਆ? ਇਦੂ
ਸਸਤੀ ਹੇਅਰ ਕਟਿੰਗ ਨਹੀਂ ਹੋਣੀ ਚਾਰ ਦਰਾਮ ਦੇ ਵਿੱਚ। ਯਾਰ ਤੁਹਾਨੂੰ ਆਪਦਾ ਐਕਸਪੀਰੀਅੰਸ ਦੱਸਣਾ, ਮੈਂ ਐਕਸਪੀਰੀਅੰਸ ਦੱਸਣਾ ਆਪਦਾ ਵੀ ਕੀ ਰਿਹਾ ਸਾਡਾ ਲੇਬਰ ਮਾਰਕੀਟ 'ਚ ਆ ਕੇ। ਸ਼ਾਇਦ ਤੁਹਾਨੂੰ ਆਵਾਜ਼ ਬਲੌਗ 'ਚ ਘੱਟ ਆਈ ਹੋਵੇ। ਹਾਂ, ਮਾਈਕ ਨਹੀਂ ਲਿਆਉਂਦੇ। ਸਹੀ ਗੱਲ। ਅਤੇ ਨੈਕਸਟ ਟਾਈਮ ਫਿਰ ਆਵਾਂਗੇ ਮਾਈਕ ਲਿਆ ਚੱਲਦਾ ਇੱਧਰ ਨੂੰ। ਅਤੇ ਐਕਸਪੀਰੀਅੰਸ ਇਹ ਰਿਹਾ ਬਾਈ, ਇੱਧਰ ਆਪਾਂ ਨੂੰ ਕੋਈ ਫਾਟਣਾ ਲੱਗਦਾ ਯਾਰ। ਐਕਸਪੀਰੀਅੰਸ ਇਹ ਰਿਹਾ ਆਪਣਾ ਹੈਲਥ ਐਂਡ ਸੇਫਟੀ ਡਿਪਾਰਟਮੈਂਟ ਯਾਰ, ਇਹ ਦੁਬਈ ਗੌਰਮੈਂਟ ਨੇ ਜਿਹੜਾ ਕੰਮ ਕੀਤਾ ਹੈ ਬਹੁਤ ਵਧੀਆ, ਬਹੁਤ ਜ਼ਿਆਦਾ ਵਧੀਆ। ਇਹਦੇ ਵਿੱਚ ਪਤਾ ਇੱਧਰੋਂ ਫੜਨਾ, ਇੱਥੇ ਹੀ ਫੜਨਾ ਤੂੰ। ਚੱਲਦਾ ਨਹੀਂ, ਆਏ ਨਹੀਂ ਹੈ, ਤੈਨੂੰ ਫੜਨਾ ਯਾਰ। ਉਵੇਂ ਫੜ ਕੇ ਉਹਨੂੰ ਉਵੇਂ ਫੜ, ਪਹਿਲਾਂ ਫਰੰਟ ਤੋਂ ਸਾਰੀ ਗੇਮ ਫਲੋ ਸਿੱਖਾਂ ਇਹਨੂੰ, ਐਂ ਕਰਾਂ, ਇੰਨਾ ਨਾ ਘੁੰਮਣਾ ਨਹੀਂ ਤੂੰ, ਨਹੀਂ ਘੁੰਮ ਯਾਰ। ਆਪਣਾ ਕਾਰ ਦੇ ਵਿੱਚ ਬਿਠਾ ਬੋਲਣ ਦਾ ਰੀਜ਼ਨ ਇਹ ਆ, ਬਾਹਰ ਆਉਂਦੀ ਸੀ ਆਵਾਜ਼, ਨਮਾਜ਼ ਹੋ ਰਹੀ ਆ, ਤਰਾਵੀਆਂ ਚੱਲ ਰਹੀਆਂ ਨੇ। ਅਤੇ ਤੁਹਾਨੂੰ ਦੱਸਣਾ ਸੀਗਾ ਵੀ ਇੱਥੇ ਆਪਣੇ ਸਲੀਮ, ਤੇਰਾ ਕੀ ਐਕਸਪੀਰੀਅੰਸ ਰਿਹਾ ਟੋਟਲ ਲੇਬਰ ਮਾਰਕੀਟ? ਜਾਣੀ ਕਿ ਮਜ਼ਾ ਆ ਗਿਆ। ਮਜ਼ਾ ਆ ਗਿਆ, ਹੈ ਨਾ? ਮਜ਼ਾ ਆ ਗਿਆ। ਬਹੁਤ ਟਾਈਮ ਤੋਂ ਇੱਧਰ ਆਏ ਵੀ ਨਹੀਂ ਸੀ, ਗੱਲ ਸੁਣਦੇ ਹੁੰਦੇ ਸੀ ਲੇਬਰ ਮਾਰਕੀਟ ਐਂ ਬਣੀ ਉਹ ਬਣੀ ਆ, ਸਾਡੇ 30 ਦਰਾਮ ਨਹੀਂ ਲੱਗੇ ਯਾਰ। ਸਹੀ ਗੱਲ। ਅਸੀਂ ਪੂਰੇ ਘਰ ਲਈ ਲੈ ਕੇ ਚੱਲੇ ਹਾਂ ਸਮਾਨ, ਪੂਰੇ ਘਰ ਲਈ। ਔਰ ਏਦਾਂ ਨਹੀਂ ਵੀ ਪੂਰੇ ਘਰ ਲਈ ਦੋ ਆਪਾਂ ਗੋਲ ਗੱਪੇ ਲੈ ਲਏ, ਉਹ ਲੈ ਲਏ, ਕਬਾਬ, ਚਿਕਨ ਟਿੱਕਾ, ਸਾਗ, ਰੋਟੀ, ਸਾਗ, ਮੱਕੀ ਦੀ ਰੋਟੀ, ਜਲੇਬੀਆਂ, ਹਾਂ, ਕਾਫੀ ਕੁਛ ਆਈਟਮ ਆ। ਲੇਕਿਨ ਇਹ ਸਾਰੀ ਯਾਰ ਚੀਜ਼ ਦੇ ਪਿੱਛੇ ਦੁਬਈ ਗੌਰਮੈਂਟ ਦਾ ਸ਼ੁਕਰੀਆ ਅਦਾ ਕਰਨਾ ਚਾਹੀਦਾ ਸਾਰਿਆਂ ਨੂੰ, ਜਿਹੜੀ ਆ ਕਮਿਊਨਿਟੀ ਔਨ, ਨਾਟ ਓਨਲੀ ਵੀ ਆਪਾਂ ਕਹਿੰਦੇ ਵੀ ਲੇਬਰ ਮਾਰਕੀਟ ਆ, ਬੰਗਾਲੀ ਮਾਰਕੀਟ ਆ, ਲੇਬਰ ਨਹੀਂ ਯਾਰ, ਰੈਜੀਡੈਂਸ਼ੀਅਲ ਏਰੀਆ, ਵਧੀਆ ਵਧੀਆ ਅਪਾਰਟਮੈਂਟ ਫਲੈਟਾਂ ਵਾਲੇ ਲੋਕ ਇੱਥੇ ਰਹਿੰਦੇ ਨੇ, ਉੱਥੇ ਫਿਰਦੇ ਨੇ ਫੈਮਿਲੀ ਲੈ ਕੇ। ਮਤਲਬ ਉਹ ਉਹਨਾਂ ਟਾਈਮ 'ਚ ਅਗਰ ਕੰਪੇਅਰ ਕਰੀਏ ਤਾਂ ਆਹ ਟਾਈਮ ਲੋਕਾਂ ਦੀ ਯਾਰ ਥਿੰਕਿੰਗ ਚੇਂਜ ਕਰਤੀ ਦੁਬਈ ਨੇ, ਹੈਂ, ਉਹ ਜਿਹਾ ਉਹਨਾਂ ਨੂੰ ਮਾਹੌਲ ਦੇਤਾ। ਨਹੀਂ ਤਾਂ ਪਹਿਲਾਂ ਅਗਰ ਆਪਾਂ 10-12 ਸਾਲ ਪਹਿਲਾਂ ਅਗਰ ਦੇਖੀਏ, ਕੋਈ ਕੁੜੀ ਜਾਂ ਬੁੜੀ ਤੁਰੀ ਆਵੇ ਤਾਂ ਬੰਦਾ ਥੋੜਾ ਲੇਬਰ ਏਰੀਆ ਦੀ ਗੱਲ ਕਰਦੇ, ਲੇਬਰ ਏਰੀਆ ਵੀ ਥੋੜਾ ਦੇਖਦਾ ਔਕਵਰਡ ਜਿਹਾ ਫੀਲ ਕਰਦਾ ਹੁੰਦਾ, ਹੈ ਨਾ, ਇੱਕ ਪਾਸੇ ਝਾਕਣ ਲੱਗ ਜਾਂਦੇ ਨੇ ਅੰਦਰ ਕੁੜੀ ਆਉਣੀ ਆ। ਲੇਕਿਨ ਇੱਥੇ ਫੈਮਿਲੀਆਂ ਤੁਰੀਆਂ ਫਿਰਦੀਆਂ, ਮਜਾਲ ਆ, ਕੋਈ ਵੀ ਬੰਦਾ ਅੱਖ ਪੱਟ ਕੇ ਦੇ ਤਾ ਸਾਰਿਆਂ ਨੂੰ ਆਪਦੇ ਤੱਕ, ਮਤਲਬ ਹੈ ਨਾ, ਵਧੀਆ ਤਰੀਕੇ ਨਾਲ ਰੋਡ ਦੇ ਉੱਤੇ ਉੱਥੇ ਮੰਡੀ ਦੇ ਵਿੱਚ ਇੱਕ ਵੀ ਤੁਹਾਨੂੰ ਐਕਸਟਰਾ ਪਲਾਸਟਿਕ ਡਿੱਗਿਆ ਦਿਖਿਆ ਮਿਲ ਜੇ, ਮੈਂ ਕਹਿੰਦਾ ਯਾਰ ਨਾ ਬਦਲ ਦਿਓ, ਹੈ ਨਾ, ਸਾਫ਼ ਸਫ਼ਾਈ ਰੱਖ ਲਿਆ ਸਾਰੇ। ਹਾਂ, ਔਰ ਹਰ ਇੱਕ ਨੂੰ ਚਾਂਸ ਦਿੱਤਾ ਦੁਬਈ ਨੇ, ਹਰ ਇੱਕ ਨੂੰ ਚਾਂਸ ਦਿੱਤਾ, ਕੋਈ ਲਾਇਸੈਂਸ ਦੀ ਲੋੜ ਨਹੀਂ, ਕੋਈ ਕੁਛ ਨਹੀਂ, ਜਾਓ ਦੁਕਾਨ ਖਾਲੀ ਆ ਤਾਂ ਗੌਰਮੈਂਟ ਜਿਹੜੀ ਦੁਬਈ ਮਿਊਨਸੀਪੈਲਿਟੀ ਦੇ ਅੰਡਰ ਆ ਨਾ, ਹਾਂ, ਤਾਂ ਉਹ ਤੁਹਾਨੂੰ ਪੇਪਰ ਬਣਾ ਸਾਲ ਦਾ ਕੰਟਰੈਕਟ ਕਰੂਗੀ ਤੁਹਾਡੇ ਨਾਲ, ਜਿਹੜਾ ਕੰਟਰੈਕਟ ਬਣਾ ਕੇ ਤੁਹਾਨੂੰ ਇੱਕ ਸਾਲ ਦਾ ਦੇਤਾ। ਅਸੀਂ ਜੋ ਪੁੱਛਿਆ ਮੁੰਡੇ ਤੋਂ, ਜਿਹੜਾ ਮੁੰਡੇ ਨੇ ਢਾਬਾ ਖੋਲਿਆ ਪੰਜਾਬੀ ਨੇ, ਹੈ ਨਾ, ਤੇ ਉਹ 1500 ਰੁਪਇਆ ਮਹੀਨੇ ਦਾ ਲੈਂਦੇ ਨੇ ਦਰਾਮ, 1500 ਦਰਾਮ, 1500 ਨਥਿੰਗ ਆ। ਜਿਹੜੇ ਸਾਨੂੰ ਰਸ਼ ਪੈਂਦਾ ਔਰ ਜਿਹੜੇ ਸਾਨੂੰ ਇੱਥੇ ਫੁੱਟਫਾਲ ਆ ਕਸਟਮਰਸ ਦੀ, ਆਉਣਾ ਹੀ ਪਤਾ ਹੀ, ਰਸ਼ ਤਾਂ ਪੈਣਾ ਹੀ ਪੈਣਾ ਵਾ, ਹੈ ਨਾ, ਤੇ ਜਿਵੇਂ ਹੁਣ ਤੁਸੀਂ ਈਜ਼ੀਲੀ ਕੱਢ ਸਕਦੇ ਮੋਰ ਦੈਨ 1500 ਤੋਂ ਕਿਤੇ ਜ਼ਿਆਦਾ ਕੱਢ ਸਕਦੇ ਯਾਰ। ਕਈਆਂ ਨੂੰ ਇਹ ਵੀ ਲੱਗੂ 1500 ਬਹੁਤ ਆ, ਜਿਵੇਂ ਅਸੀਂ ਬਿਜ਼ਨਸ ਦੇ ਵਿੱਚ ਆ, ਅਸੀਂ ਰੈਂਟ ਦਿੰਦੇ ਹਾਂ, ਅਸੀਂ ਲਾਇਸੈਂਸ ਰੀਨਿਊ ਕਰਦੇ ਹਾਂ, ਵੀਜ਼ੇ ਲਾਉਂਦੇ ਹਾਂ, ਕਰਦੇ ਹਾਂ, ਸਾਨੂੰ ਪਤਾ, ਹਾਂ, 1500 ਕੁਛ ਵੀ ਨਹੀਂ ਗਾ। ਹੁਣ ਆਪਣੇ ਮੁੰਡੇ ਨੇ ਸਭ ਤੋਂ ਵੱਡੀ ਖੁਸ਼ੀ ਪੰਜਾਬੀ ਮੁੰਡਾ ਦੇ ਕੇ ਅੰਮ੍ਰਿਤਸਰ ਦਾ, ਆਹ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਆਪਾਂ ਉਹਦੇ ਕੋਲ ਲੈ ਕੇ ਆਏ ਹਾਂ, ਘਰੇ ਜਾ ਕੇ ਚੈੱਕ ਕਰਾਂਗੇ, ਖਾਵਾਂਗੇ, ਠੀਕ ਹੈ। ਤੇ ਲੇਕਿਨ ਤੁਸੀਂ ਅਗਰ ਮਿਲਦੇ ਹੋ ਤਾਂ ਪੰਜਾਬੀ ਨੂੰ ਜਾ ਕੇ ਉੱਥੇ ਮਿਲੋ, ਜਾ ਕੇ ਮਿਲੋ ਨਾ, ਇਕੱਲਾ ਲੈ ਕੇ ਆਇਓ, ਵੀਡੀਓ ਬਣਾਇਓ, ਹਾਂ, ਆਪਾਂ ਥੋੜੀ ਇੱਕ ਚੀਜ਼ ਕਰ ਲਓ। ਏਡੀ ਵੱਡੀ ਮਾਰਕੀਟ ਦੇ ਵਿੱਚ ਸਿਰਫ ਇੱਕ ਪੰਜਾਬੀ ਦੀ ਸ਼ਾਪ ਸੀਗੀ, ਹਾਂ ਹਾਂ ਹਾਂ, ਜੇ ਆਪਾਂ ਨੂੰ ਸਪੋਰਟ ਕਰਾਂਗੇ ਤਾਂ ਹੀ ਉਹ ਅੱਗੇ ਵਧਣਗੇ, ਹੈਂ, ਈਵਨ ਪੰਜਾਬ ਦੇ ਵਿੱਚ ਵੀ ਜਿੰਨਾ ਵੀ ਉਹਨੇ ਸਮਾਨ ਰੱਖਿਆ, ਨਾਲੇ ਚਾਹੇ ਵੀਡੀਓ ਬਣਾਉਣੀ ਵੀਡੀਓ ਬਣਾ ਲਿਓ, ਲੇਕਿਨ ਕੁਛ ਨਾ ਕੁਛ ਉਹ ਤੋਂ ਬਾਏ ਕਰਕੇ ਜ਼ਰੂਰ ਲੈ ਕੇ ਆਇਓ, ਠੀਕ ਆ। ਤੇ ਵਧੀਆ ਖੁਸ਼ੀ ਵੀ ਹੋਈ ਆ ਉਹ ਚੀਜ਼ ਦੀ ਦੇਖ ਕੇ, ਹੈ ਨਾ। ਹੁਣ ਇੱਥੇ ਨਹੀਂ ਤਾਂ ਖੱਲੀ ਵੱਲੀ ਬੰਦੇ ਬਹੁਤ ਕੰਮ ਕਰਦੇ, ਇੱਥੇ ਵਧੀਆ ਲੀਗਲ ਤੌਰ 'ਤੇ ਬੈਠੇ ਨੇ ਬੰਦੇ, ਸਾਰਾ ਕੁਛ। ਤੁਹਾਨੂੰ ਹੋਪ ਸੋ ਸਾਡਾ ਵਲੌਗ ਦੇਖ ਕੇ ਮਜ਼ਾ ਆਇਆ ਹੋਊ, ਅਤੇ ਸਾਨੂੰ ਤਾਂ ਬੜਾ ਮਜ਼ਾ ਆਇਆ, ਸਾਨੂੰ ਤਾਂ ਯਾਰ ਮਜ਼ਾ ਆ ਗਿਆ, ਮਜ਼ਾ ਆ ਗਿਆ, ਹੈ ਨਾ। ਹੁਣ ਇਦੋਂ ਅੱਜ ਫਿਰ ਇੱਕ ਵਾਰੀ ਆਵਾਂਗੇ ਰੋਜ਼ਾਂ ਤੋਂ ਬਾਅਦ, ਰੋਜ਼ਾਂ ਤੋਂ ਬਾਅਦ ਫਿਰ ਦੇਖਾਂ ਕੀ ਕਢਵਾਸ ਪੈਂਦੀ ਹੈ। ਚੱਲੀਏ ਫਿਰ, ਚੱਲੋ ਬਾਈ, ਓਕੇ ਫਿਰ ਬਾਬਾਸ, ਹੋਪ ਸੋ ਤੁਹਾਨੂੰ ਸਾਡਾ ਵਲੌਗ ਵਧੀਆ ਲੱਗਿਆ ਹੋਵੇ। ਲਾਈਕ, ਸਬਸਕ੍ਰਾਈਬ ਅਤੇ ਸ਼ੇਅਰ ਜ਼ਰੂਰ ਕਰ ਦਿਓ, ਪਿਆਰ ਦੇਣ ਲਈ ਬਹੁਤ ਬਹੁਤ ਧੰਨਵਾਦ। ਆਪਣੇ 15,000 ਹੋਣ ਵਾਲੇ ਆ ਵਲੌਗ ਦੇ, ਮਤਲਬ ਆਪਣੇ ਯੂਟਿਊਬ ਚੈਨਲ ਦੇ, ਥੋੜ੍ਹੇ ਨੇ ਲੇਕਿਨ ਸਾਡੇ ਲਈ ਬਹੁਤ ਜ਼ਿਆਦਾ ਨੇ। ਓਕੇ, ਫਾਈਨ, ਹੋਰ ਵੱਧ ਜਾਣਗੇ ਜੇ ਅਸੀਂ ਕੰਟੀਨਿਊ ਕਰਨ ਲੱਗੇ। ਅਤੇ ਬਾਬਾਸ, ਮਿਲਦੇ ਹਾਂ ਫਿਰ।